ਸਰਪੰਚ ਸਾਹਿਬ ਤੁਸੀਂ MLA ਨੂੰ ਕਹਿ ਕੇ ਕਾਲੇ ਨੂੰ ਕਿਤੇ ਸੈਂਟਰ 'ਚ ਭਰਤੀ ਕਰਵਾਓ। ਤੈਨੂੰ ਭੇਜਿਆ ਤਾਂ ਸੀਗਾ ਸਾਧ ਕੋਲੇ ਡੇਰੇ ਇਹਦੇ ਇਲਾਜ ਲਈ। ਸਵਾਹ ਇਲਾਜ ਕੀਤਾ, ਪਹਿਲਾਂ ਤਾਂ ਸਿਰਫ ਟੀਕੇ ਹੀ ਲਾਉਂਦਾ ਸੀ। ਸਾਧ ਮੇਰੇ ਸਾਲੇ ਨੇ ਸੁਲਫਾ ਦੇ ਧੂੰਆਂ ਕਰਤਾ। ਹਾਲ ਦੇਖ ਲਓ ਕਾਲੇ ਦਾ ਕੀ ਆ। ਚੱਲ ਮੈਂ ਕਰਦਾ MLA ਦਿੱਲੀ ਰਾਮ ਨੂੰ ਫੋਨ, ਆਪਣਾ ਹੀ ਸੈਂਟਰ ਆ ਉਹ। ਸਰਪੰਚ ਸਾਹਿਬ ਕੀ ਬਣੂ ਪੰਜਾਬ ਦੀ ਜਵਾਨੀ ਦਾ ਹੁਣ? ਉਹ ਬਿਕਰ ਸਿਆ, ਬਣਨਾ ਬਣਾਉਣਾ ਕੀ ਹੈ, ਜ਼ਮੀਨ ਬੰਜਰ ਤੇ ਔਲਾਦ ਕੰਜਰ ਤੇਰੇ ਸਾਹਮਣੇ ਹੀ ਪਈ ਆ। ਤਾਇਆ ਵਹਿਮ ਆ ਤੇਰਾ, ਤਾਇਆ ਆ ਬਾਜਾਂ ਵਾਲੇ ਦੀ ਧਰਤੀ ਆ ਪੰਜਾਬ। ਸਿੱਖਾਂ ਨੇ ਖੂਨ ਦੇ ਕੇ ਸਿੰਜੀ, ਮਿੱਟੀ ਉਪਜਾਊ ਸ਼ੇਰ ਪੁੱਤ ਕਮਾਊ ਦਾ ਨਾਰਾ ਲਾਇਆ ਕਰ। ਆਖਿਰਕਾਰ ਸਰਪੰਚ ਆ ਤੂੰ ਪਿੰਡ ਦਾ। ਆ ਕੰਜਰ ਦੇਖ ਕਿੱਧਰੋਂ ਸ਼ੇਰ ਲੱਗਦਾ ਤੈਨੂੰ। ਆ ਸਭ ਤਾਂ ਵਕਤੀ ਮਾਰਾਂ ਨੇ, ਸਿੱਖੀ ਛੱਡ ਪੰਜਾਬ, ਹੁਣ ਡੇਰਿਆਂ 'ਚੋਂ ਸੁਲਫੇ ਸੁੱਟੇ ਹੀ ਖਿੱਚੂ ਨਾ। ਹੁਣ ਤੂੰ ਡੇਰਿਆਂ ਦੁਆਲੇ ਹੋ ਜਾ, ਅਗਲੇ ਆਪਣੀ ਮਸਤੀ 'ਚ ਗਾਉਂਦੇ ਆ ਖਾਂਦੇ ਆ, ਕਿਹੜਾ ਕਿਸੇ ਨੂੰ ਘਰੋਂ ਸੱਦਦੇ ਆ। ਤਾਇਆ ਆ ਗਾਉਣ ਵਜਾਉਣ ਤਾਂ ਸਭ ਆਪਣੇ ਬੀਜੇ ਕੰਡੇ ਨੇ, ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ। ਮਿੱਤਰਾਂ ਦੀ ਮੋਟਰ 'ਤੇ ਨਿੱਤ ਕੱਚ ਦੀ ਗਲਾਸੀ ਖੜਕਦੀ ਸੀ, ਉਦੋਂ ਤਾਂ ਕੋਈ ਨਾ ਬੋਲਿਆ। ਆਖੇ ਪੰਜਾਬ 'ਚ ਸ਼ਾਂਤੀ ਹੈ ਜੀ, ਬੜੀ ਸ਼ਾਂਤੀ। ਜੇ ਹੁਣ ਆਪਣੀ ਔਲਾਦ ਪੰਜ ਤਾਰਾ ਠੇਕੇ 'ਤੇ ਬਹਿ ਕੇ ਪੈਗ ਲਾ ਚਿੱਟਾ ਖਿੱਚਣ ਲੱਗ ਗਈ ਤਾਂ ਕੰਜਰ ਹੋ ਗਈ। ਤਾਇਆ ਫਰਕ ਬਸ ਇੰਨਾ ਕਿ ਉਦੋਂ ਪੰਜ ਪਿੰਡਾਂ ਪਿੱਛੇ ਇੱਕ ਸੇਵਾ ਵਲਦਾ ਸੀ, ਹੁਣ ਇੱਕ ਪਿੰਡ ਪਿੱਛੇ ਦੋ ਸੇਵੇ ਵਲਦੇ ਨੇ। ਨਾ ਉਦੋਂ ਤੇਰੇ ਪਿਓ ਨੇ ਕੀ ਖੱਟਿਆ ਪੁਲਿਸ ਦੀ ਗੋਲੀ ਖਾ ਕੇ, ਆਇਆ ਵੱਡਾ ਸ਼ਾਂਤੀ ਵਾਲਾ। ਮੇਰੇ ਪਿਓ ਨੇ ਪੰਜਾਬ ਖੱਟਿਆ, ਪੰਜਾਬ ਦਾ ਭਵਿੱਖ ਖੱਟਿਆ, ਜੋ ਅੱਜ ਤੇਰੇ ਸਾਹਮਣੇ ਖੜਾ ਹੈ। ਤੇਰੇ ਇਸ ਮੇਮਣੇ ਤੋਂ ਰਿੜ ਵੀ ਨਹੀਂ ਹੁੰਦਾ ਜਿਹਨੂੰ ਤੂੰ ਪੰਜਾਬ ਦੱਸਦਾ। ਓ ਮੇਮਣਾ ਦੱਸਦਾ ਮੈਨੂੰ, ਗੱਭਰੂ ਆਵਾਂ ਗੱਭਰੂ। ਤਾਇਆ ਯਾਦ ਰੱਖੀ, ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ। ਬਿੱਕਰ ਸਿਆ ਇਹਨਾਂ ਸਾਧਾਂ ਅਤੇ ਸਰਕਾਰਾਂ ਦੇ ਘਰ ਤੋਂ ਕੱਖ ਨਹੀਂ ਮਿਲਣਾ, ਮੁੜਨਾ ਤਾਂ ਆਪਾਂ ਨੂੰ ਆਨੰਦਪੁਰੀ ਪੈਣਾ ਵਾਪਸ। ਬੜੇ ਖੰਭ ਲੱਗੇ ਹੋਏ ਤੈਨੂੰ, ਬੜਾ ਉੱਡਦਾ ਫਿਰਦਾ ਪੰਜਾਬ ਸਿਆ। ਤਾਇਆ ਫਿਕਰ ਨਾ ਕਰੀ, ਬਾਜਾਂ ਵਾਲੇ ਦੇ ਬਾਜ਼ ਤਾਂ ਉੱਡਦੇ ਰਹਿਣੇ। ਅੱਛਾ ਮੈਂ ਤਾਂ ਤੈਨੂੰ ਸੁਨੇਹਾ ਦੇਣ ਆਇਆ ਸੀ, ਅੱਜ ਸ਼ਾਮੀ ਪਟਵਾਰੀ ਨੇ ਆਉਣਾ ਮਿਹਨਤੀ ਕਰਨ। ਹਮੇ ਸੇ ਰਾਜੀ, ਚੰਗਾ ਸਤਿ ਸ਼੍ਰੀ ਅਕਾਲ। ਓਏ ਆ ਵੇਖ ਗੱਭਰੂ, ਗੱਭਰੂ ਤਾਂ ਉੱਡਦਾ। ਉਹ ਕਾਲੇ ਕਿੱਥੇ ਚੱਲੇ ਆ? ਸਰਪੰਚ ਸਾਹਿਬ ਮੈਂ ਸ਼ਾਮੀ ਮਿਲਦਾ। ਉਹ ਕਾਲੇ ਕਿੱਥੇ ਚੱਲੇ ਆ? ਹੈਲੋ, ਮੈਂ ਸਰਪੰਚ ਬੋਲਦਾ, ਮੇਰੀ ਦਿੱਲੀ ਰਾਮ MLA ਨਾਲ ਗੱਲ ਕਰਵਾਓ। ਹਾਂਜੀ ਸਤਿ ਸ਼੍ਰੀ ਅਕਾਲ MLA ਸਾਹਿਬ, ਕੀ ਹਾਲ ਆ? MLA ਸਾਹਿਬ ਤੁਸੀਂ ਤਾਂ ਕਹਿੰਦੇ ਸੀ ਪੰਜਾਬ 'ਚੋਂ ਚਿੜੀਆਂ ਤੋਤੇ ਵੀ ਉੱਡਣੇ ਬੰਦ ਕਰ ਦੇਣੇ ਆ। ਇੱਥੇ ਤਾਂ ਹਾਲੇ ਵੀ ਬਾਜ ਉਡਾਰੀਆਂ ਮਾਰਦੇ ਆ, ਸ਼ਾਮ ਤੱਕ ਹੀਲਾ ਕਰੋ ਕੋਈ। ਠੀਕ ਆ,
ਚੰਗਾ ਜੀ, ਸਤਿ ਸ਼੍ਰੀ ਅਕਾਲ। ਕੋਈ ਨਾ, ਪਾਉਣੇ ਆ ਤੈਨੂੰ ਪਿੰਜਰੇ 'ਚ, ਕਰਦੇ ਹਾਂ ਤੇਰਾ ਇਲਾਜ। ਸ਼ਾਮ ਦੇ ਮੁੱਖ ਸਮਾਚਾਰ। ਅੱਜ ਸ਼ਾਮ ਪੁਲਿਸ ਵੱਲੋਂ ਪਿੰਡ ਉੜਤਾ ਪੰਜਾਬ ਦੇ ਇੱਕ ਨੌਜਵਾਨ ਪੰਜਾਬ ਸਿੰਘ ਨੂੰ ਸੂਬੇ ਦਾ ਮਾਹੌਲ ਖਰਾਬ ਕਰਨ ਦੇ ਦੋਸ਼ਾਂ ਹੇਠ ਗ੍ਰਿਫਤਾਰ ਕਰ ਲਿਆ ਗਿਆ। ਇਸ ਸੰਬੰਧੀ ਪੁਲਿਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੁਝ ਖੁਫੀਆ ਸੂਤਰਾਂ ਵੱਲੋਂ ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ ਇਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ। ਆਓ ਹੁਣ ਵਧੇਰੇ ਜਾਣਕਾਰੀ ਲੈਣ ਲਈ ਅਸੀਂ ਤੁਹਾਨੂੰ ਹਲਕੇ ਦੇ MLA ਦਿੱਲੀ ਰਾਮ ਹੋਰਾਂ ਕੋਲ ਲੈ ਕੇ ਚੱਲਦੇ ਹਾਂ, ਜੋ ਇਸ ਘਟਨਾ ਬਾਰੇ ਸਾਰੀ ਜਾਣਕਾਰੀ ਦੇਣਗੇ। ਵਕਤੀ ਪਈਆਂ ਮਾਰਾਂ ਨੇ ਕੁਝ ਸਮੇਂ ਦੀਆਂ ਸਰਕਾਰਾਂ ਨੇ ਕੁਝ ਵਕਤੀ ਪਈਆਂ ਮਾਰਾਂ ਨੇ ਇਹ ਧਰਤੀ ਗੁਰੂਆਂ ਭਗਤਾਂ ਦੀ ਅੱਜ ਨਪਲੀ ਡੇਰੇਦਾਰਾਂ ਨੇ ਕਦੇ ਪੂਰੇ ਨਹੀਂ ਹੋ ਸਕਦੇ ਕਦੇ ਵਾਲੇ ਦੇ ਬਾਜ ਵਾਂਗੂ ਮੇਰਾ ਉੱਡਦਾ ਰਹੂ ਪੰਜਾਬ।